वाहिगुरु जी का खालसा, वाहिगुरु जी की फतेह। दास परमजीत सिंह भट्टी, पिंड डासका, जिला संगरूर, तहसील लहरा काका। हर ऐतवार नूं पिंड डासके दे विच आपां मरीजां नूं मिलदे हां, जिहड़े छोटियां तों लै के वड्डियां बीमारियां दे नाल कई कई सालां तों जूझ रहे ऐ, ठीक नहीं हो रहे, दवाई खा के होर अक ते थक चुके ऐ, शरीर नूं होर खराब कर रहे ऐ। वो हर ऐतवार नूं ते हर बुधवार पिंड डासके दे विच मैनूं मिल के अपनी नब्ज दिखा के देसी जड़ी बूटियां दे नाल बनियां हुई दवाइयां दे नाल अपने रोगों का गरंटी दे नाल इलाज करवा सकते हो। हर ऐतवार, हर बुधवार सवेरे 7 बजे तो लैके शाम दे 7 बजे तक आपां मरीजां नूं मिलदे हां। जिहड़ा ये डसका पिंड है, ये संगरूर जिले का पिंड है, तहसील है जिहड़ी वो लहरा गग है, ते नेड़े शहर ने जिहड़े वो बुढ़लाडा शहर भी बिल्कुल नेड़े है, लहरा गागा शहर भी नेड़े है, बरेटा शहर भी नेड़े है, बुढ़लाडा शहर भी नेड़े है, सुनाम शहर भी नेड़े है, ये सारे शहर नेड़े लगते हैं। हर ऐतवार ते हर बुधवार नूं आपां 2 दिन मिलते हैं। दवाखाने नूं साडे नूं बदनाम करन वास्ते, मेरे नां नूं बदनाम करन वास्ते, साडी संस्था नूं बदनाम करन वास्ते कई तरहां दीआं विरोधियां वल्लों चालां चलियां जांदियां ने, गलत लोकां 'च साडा प्रचार कीता जांदा है, कई तरहां दीआं गलत वीडियो पाईआं जांदियां ने, ये चलदा रहिंदा है। क्योंकि जदों किसे कोई बंदा विकास करदा है दुनिया दे उत्ते उहदा नाम बनन लगदा है, तां उह विरोध लत्तां खिच्चण वाले हुंदे ही हुंदे है। सो उहनां ने अपना कार्ज करना है, आपां अपना करना है। हर ऐतवार, हर बुधवार आपां मिलदे हां मरीजां नूं। सो जिहड़ा अज मैं नुक्ता तुहाडी झोली दे विच पाउण वास्ते आया, ਉਹ ਹੈ ਜਿਵੇਂ ਅੱਜ ਹੁਣ ਸਾਡਾ ਵਾਇਰਸਾਂ ਦਾ ਸਿਸਟਮ ਚੱਲ ਰਿਹਾ ਹੈ, ਜ਼ਿਆਦਾ ਬੁਖਾਰ ਹੋ ਰਿਹਾ ਲੋਕਾਂ ਨੂੰ, ਬਹੁਤ ਜ਼ਿਆਦਾ ਹੌਸਪੀਟਲ ਬੁਖਾਰ ਵਾਲਿਆਂ ਦੀ ਭਰੇ ਪਏ ਹੈ, ਕਿਸੇ ਨੂੰ ਟਾਈਫਾਇਡ ਬੁਖਾਰ ਹੈ, ਕਿਸੇ ਨੂੰ ਮਲੇ ਕਿਉਂਕਿ ਮੱਛਰ ਵੀ ਹੋ ਜਾਂਦਾ ਇਸ ਮਹੀਨੇ 'ਚ, ਮਲੇਰੀਆ ਬੁਖਾਰ ਹੈ ਜੀ, ਡੇਂਗੂ ਬੁਖਾਰ ਹੈ, ਬੁਖਾਰ ਦਾ ਜ਼ਿਆਦਾ ਮੌਸਮ ਚੱਲ ਰਿਹਾ ਕਿਉਂਕਿ ਵਾਇਰਸ ਦਾ ਸਮਾਂ, ਖੰਘ ਜ਼ੁਕਾਮ ਦਾ ਜ਼ਿਆਦਾ ਕਿਉਂਕਿ ਧੂੜ ਮਿੱਟੀ ਦਾ ਸਿਸਟਮ ਇਸ ਮਹੀਨੇ ਦੇ ਵਿੱਚ ਹੁੰਦਾ ਜ਼ਿਆਦਾ, ਖੇਤੀਬਾੜੀ ਦਾ ਫਸਲਾਂ ਕਟਾਈ ਕਰਕੇ ਜ਼ਿਆਦਾ ਸਾਹ ਦਮੇ ਵਾਲਿਆਂ ਨੂੰ ਦਿੱਕਤ ਆਉਂਦੀ ਹੈ, ਜ਼ਿਆਦਾ ਫਿਰ ਬੁਖਾਰ ਵਾਲਾ ਸਿਸਟਮ, ਖੰਘ ਜ਼ਿਆਦਾ, ਜ਼ੁਕਾਮ ਜ਼ਿਆਦਾ, ਆਹ ਵਾਇਰਸ ਚੱਲ ਰਹੇ ਨੇ ਕਿਉਂਕਿ ਵਾਇਰਸਾਂ ਦੇ ਸਿਰ 'ਤੇ ਸਾਡਾ ਸਰੀਰ ਹੈ, ਅਤੇ ਜਦੋਂ ਕੋਈ ਫਾਲਤੂ ਵਾਇਰਸ ਕਿਸੇ ਹੋਰ ਚੀਜ਼ ਦਾ ਸਾਡੇ ਸਰੀਰ 'ਚ ਪ੍ਰਵੇਸ਼ ਕਰਦਾ ਤਾਂ ਉਹ ਦਿੱਕਤ ਦਿੰਦਾ ਥੋੜ੍ਹੀ ਜਿਹੀ। ਸੋ ਹੈ ਸਾਰਾ ਸਰੀਰ ਵਾਇਰਸਾਂ ਦੇ ਸਿਰ 'ਤੇ ਹੀ ਹੈ, ਜੀਵਾਣੂਆਂ ਦੇ ਸਿਰ 'ਤੇ ਹੀ ਹੈ। ਸੋ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਕਿਵੇਂ ਸਕਦੇ ਹਾਂ? ਮੈਨੂੰ ਬਹੁਤ ਸਾਰੇ ਸਵਾਲ ਜਵਾਬ ਮੈਂ ਫੋਨ 'ਤੇ ਵੀ ਸੁਣਦਾ ਮਰੀਜ਼ ਕਰਦੇ ਹੈ, ਇੱਥੇ ਵੀ ਐਤਵਾਰ ਅਤੇ ਬੁੱਧਵਾਰ ਨੂੰ ਆ ਕੇ ਸਵਾਲ ਇਹੀ ਹੁੰਦਾ ਵੀ ਆਪਾਂ ਤੰਦਰੁਸਤ ਕਿਵੇਂ ਰਹਿ ਸਕੀਏ, ਆਪਾਂ ਇਹਨਾਂ ਵਾਇਰਸਾਂ ਤੋਂ ਨੁਕਸਾਨ ਤੋਂ ਬਚ ਕਿਵੇਂ ਸਕੀਏ, ਤਾਂ ਜੋ ਖੰਘ, ਜ਼ੁਕਾਮ, ਬੁਖਾਰ ਤੋਂ ਬਚ ਕਿਵੇਂ ਸਕੀਏ, ਸਾਡਾ ਸਰੀਰ ਦੀ ਇਮਿਊਨਿਟੀ ਸਿਸਟਮ ਕਿਵੇਂ ਵਧੂਗਾ, ਸਾਡੇ ਸਰੀਰ 'ਚ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਕਿਵੇਂ ਬਣ ਸਕਦੀ ਹੈ, ਇਹ ਸਾਰੇ ਸਵਾਲ ਮੇਰੇ ਕੋਲ ਆਉਂਦੇ ਸੀ ਅਤੇ ਮੈਂ ਸੋਚਿਆ ਵੀ ਤੁਹਾਨੂੰ ਮੈਂ ਉਹ ਸਵਾਲਾਂ ਦਾ ਜਵਾਬ ਵੀ ਅਤੇ ਉਹਦਾ ਇਲਾਜ ਤੁਹਾਡੀ ਝੋਲੀ ਦੇ ਵਿੱਚ ਪਾ ਦਿਆਂ। ਜੇ ਤੁਸੀਂ ਇਸ ਨੁਕਤੇ ਨੂੰ ਹਰ ਰੋਜ਼ ਵਰਤਦੇ, ਦੇਖੋ ਆਪਾਂ ਚਾਹ ਹਰ ਰੋਜ਼ ਵਰਤਦੇ ਹਾਂ, ਚਾਹ ਦੇ ਵਿੱਚ ਚਾਹੇ ਵਰਤ ਲਓ ਚਾਹੇ ਵੈਸੇ ਕਾੜਾ ਬਣਾ ਕੇ ਪੀ ਲਓ, ਇੱਕ ਟਾਈਮ ਤੁਸੀਂ ਪੀਣ ਲੱਗ ਜਾਓ, ਤੁਹਾਡੇ ਸਰੀਰ ਦੀ ਇਮਿਊਨਿਟੀ ਸਿਸਟਮ ਹੈ ਜਿਹੜਾ ਤੁਹਾਡੇ ਸਰੀਰ ਦੇ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੇ ਜਿਹੜੇ ਸੈੱਲ ਨੇ, ਸ਼ਕਤੀ ਹੈ ਜਿਹੜੀ ਸਰੀਰ ਦੀ, ਉਹ ਇੰਨੀ ਕੁ ਦੁੱਗਣੀ ਹੋ ਜਾਏਗੀ, ਜਿੱਡੇ ਮਰਜ਼ੀ ਰੋਗ ਦੇ ਕੀਟਾਣੂ ਵਿਸ਼ਾਣੂ ਵਾਇਰਸ ਤੁਹਾਡੇ ਸਰੀਰ ਦੇ ਵਿੱਚ ਆਉਂਦੇ ਹੈ, ਉਹਨਾਂ ਨੂੰ ਤੁਹਾਡਾ ਸਰੀਰ ਉਹਨਾਂ ਨਾਲ ਲੜਨ ਦਾ, ਉਹਨਾਂ ਨੂੰ ਖਤਮ ਕਰਨ ਦੀ ਪਾਵਰ ਰੱਖਣ ਵਾਲਾ ਸਰੀਰ ਬਣ ਜੂਗਾ। ਸੋ ਅੱਜ ਜਿਹੜਾ ਯੁੱਗ, ਜਿਹੜਾ ਹੁਣ ਸਮਾਂ ਚੱਲ ਰਿਹਾ, ਇਹ ਇਹਨਾਂ ਵਾਇਰਸਾਂ ਦੇ ਹੀ ਚੱਲ ਰਿਹਾ। ਸੋ ਜਿਵੇਂ ਬੁਖਾਰ ਹੈ, ਜ਼ੁਕਾਮ ਹੈ, ਖੰਘ ਹੈ, ਇਹਦੇ ਇਹਨੂੰ ਖਤਮ ਕਰਨ ਵਾਸਤੇ, ਸਰੀਰ ਦੀ ਇਮਿਊਨਿਟੀ ਸਿਸਟਮ ਵਧਾਉਣ ਵਾਸਤੇ ਇੱਕ ਕਾੜਾ ਮੈਂ ਤੁਹਾਡੇ
ਚਰਨਾਂ ਦੇ ਵਿੱਚ ਰੱਖਣ ਲੱਗੇ ਹਾਂ, ਤੁਹਾਡੀ ਝੋਲੀ ਦੇ ਵਿੱਚ ਮਹਾਂਪੁਰਸ਼ਾਂ ਦਾ ਦੱਸਿਆ ਹੋਇਆ ਨੁਕਤਾ ਪਾਉਣ ਲੱਗੇ ਹਾਂ। ਆਪ ਵਰਤੋਂ, ਅੱਗੇ ਜ਼ਰੂਰ ਦੱਸਿਆ ਕਰੋ, ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਬੜੇ ਅੜਿੱਕੇ ਆਉਂਦੇ ਆ, ਆਹ ਨੁਕਤੇ ਤੁਹਾਡੀ ਝੋਲੀ ਵਿੱਚ ਪਾਉਣ ਵਾਸਤੇ ਮੈਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ, ਕਿਉਂਕਿ ਐਡਾ ਵੱਡਾ ਮਾਫੀਆ ਹੈ, ਉਹ ਚਾਹੁੰਦੇ ਨਹੀਂ ਗੇ ਵੀ ਤੁਸੀਂ ਤੰਦਰੁਸਤ ਰਹੋ। ਤਾਂ ਬਹੁਤ ਕੁਛ ਸਾਡੇ 'ਤੇ ਕਾਰਵਾਈਆਂ ਕਰਾਈਆਂ ਜਾਂਦੀਆਂ ਨੇ ਵੀ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਆਵਾਜ਼ਾਂ ਨੂੰ ਖਤਮ ਕਰੋ, ਕਿਉਂਕਿ ਐਡਾ ਵੱਡਾ ਇਹ ਸਾਡਾ ਸਿਹਤ ਮਾਫੀਆ ਬਹੁਤ ਜ਼ੋਰ 'ਤੇ ਹੈ। ਸੋ ਕੋਸ਼ਿਸ਼ ਕਰ ਰਹੇ ਹਾਂ ਵੀ ਮਰਨ ਤੋਂ ਪਹਿਲਾਂ ਪਹਿਲਾਂ, ਜਹਾਨ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਜੋ ਕੁਛ ਸਾਡੇ ਕੋਲ ਹੈ ਤੁਹਾਡੀ ਝੋਲੀ ਦੇ ਵਿੱਚ ਪਾ ਦਈਏ। ਅੱਜ ਨੁਕਤਾ ਤੁਹਾਡੀ ਝੋਲੀ 'ਚ ਪਾਉਣ ਲੱਗੇ ਹਾਂ ਜੀ, ਇਹ ਨੋਟ ਕਰ ਲਓ। ਕਾੜਾ ਬਣਾ ਕੇ ਇੱਕ ਦਵਾਰੀ ਦਿਨ 'ਚ ਤੁਸੀਂ ਪੀਣਾ ਜ਼ਰੂਰ ਹੈ। ਇਹਦੇ ਨਾਲ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਰੋਗ ਨਹੀਂ ਆ ਸਕਦਾ ਸਰੀਰ ਦੇ ਵਿੱਚ, ਤੁਹਾਡੇ ਆਪਣੇ ਸਰੀਰ ਦੇ ਸੈੱਲ ਨੇ ਜਿਹੜੇ ਲੜਨ ਵਾਲੀ ਪਾਵਰ ਇੰਨੀ ਵਧੀਆ ਬਣ ਜਾਏਗੀ। ਸੋ ਇਹ ਕੁਛ ਕੁ ਚੀਜ਼ਾਂ ਜਿਹੜੀਆਂ ਪੰਸਾਰੀਆਂ ਤੋਂ ਲੈ ਕੇ ਬਣਾ ਕੇ ਰੱਖ ਲੈਣੀਆਂ ਤੁਸੀਂ। ਇਹਦੇ ਵਿੱਚ ਹੁਣ ਜਿਹੜੀਆਂ ਜੜੀ ਬੂਟੀਆਂ ਲੈਣੀਆਂ ਨੋਟ ਕਰ ਲਓ, ਪਿੱਤ ਪਾਪੜਾ 50-50 ਗ੍ਰਾਮ, ਸਾਰੀਆਂ ਚੀਜ਼ਾਂ ਲੈ ਲਓ, ਪਿੱਤ ਪਾਪੜਾ, ਧਨੀਆ, ਕਾਸਣੀ, ਚਿੱਟੀ ਮੁਸਲੀ ਅਤੇ ਕੰਡਿਆਲੀ ਛੋਟੀ ਵੀ ਅਤੇ ਕੰਡਿਆਲੀ ਵੱਡੀ ਵੀ, ਇਸੇ ਤਰ੍ਹਾਂ ਸੌਂਫ, ਕਾਓ ਜਵਾਨ ਜਾਂ ਕਾਓ ਫਲ ਕਹਿੰਦੇ ਹਾਂ ਅਸੀਂ, ਤ੍ਰਿਫਲਾ, ਹਰੜ, ਬਿਹੇੜਾ, ਆਂਵਲਾ 3-50-50 ਗ੍ਰਾਮ, ਕੇਸਰ 10 ਗ੍ਰਾਮ, ਪੂਤਨਾ ਸੁੱਕਿਆ ਹੋਇਆ, ਇਸੇ ਤਰ੍ਹਾਂ ਸਰਪੰਖਾ ਅਤੇ ਫੁੱਲ ਗੁਲਾਬ ਦੇ ਮੋਥਾ, ਮੁਲੱਠੀ, ਤਜ ਸੱਕ ਅਤੇ ਮਜੀਠ। ਇਹਦੂ ਬਾਅਦ ਲੈਣਾ ਇੱਟ ਸਿੱਟ, ਜੂਫਾ, ਦਾਲਚੀਨੀ, ਵੱਡੀ ਇਲਾਚੀ, ਛੋਟੀ ਇਲਾਚੀ, ਪਾਣ ਦੀ ਜੜ ਅਤੇ ਬਾਂਸ ਦਾ ਛਿਲਕਾ। ਫਿਰ ਲੈਣਾ ਤੁਸੀਂ ਤਾਲੀਸ ਪੱਤਰ, ਧਮਾਲ ਪੱਤਰ ਅਤੇ ਚਰੈਤਾ। ਅੱਗੇ ਲੈਣਾ ਤੁਸੀਂ ਸੰਖ, ਹੋਲੀ, ਮਕੋਏ ਅਤੇ ਕੁਵਾਰ ਮੁੰਡੀ। ਅੱਗੇ ਤੁਸੀਂ ਲੈਣਾ ਭੱਖੜਾ, ਕਚੂਰ, ਨੇਤਰਬਾਲਾ, ਬਚ, ਪਿਪਲਾ ਮੂਲ, ਚੰਦਨ ਲਾਲ ਅਤੇ ਜਲਵੱਤਰੀ ਅਤੇ ਕਾਕੜਾ ਸਿੰਘੀ ਅਤੇ ਪੜਿੰਗ। ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਬਰੀਕ ਪੀਸ ਕੇ ਇੱਕ ਡੱਬੇ ਦੇ ਵਿੱਚ ਮਿਲਾ ਕੇ ਮਿਕਸ ਕਰਕੇ ਰੱਖ ਲਓ। 2 ਗਲਾਸ ਪਾਣੀ ਦੇ 1 ਚਮਚਾ ਇਹਦਾ ਪਾ ਕੇ ਉਬਾਲ ਲਓ ਹਲਕੀ ਧੀਮੀ ਅੱਗ 'ਤੇ। ਜਦੋਂ 2 ਗਲਾਸਾਂ 'ਚੋਂ 1 ਗਲਾਸ ਰਹਿ ਗਿਆ ਉਬਲ ਉਬਲ ਕੇ, ਉਹਨੂੰ ਪੁਣ ਕੇ ਸਵੇਰੇ ਖਾਲੀ ਪੇਟ ਕੁੱਟ ਕੁੱਟ ਕਰਕੇ ਚਾਹ ਵਾਂਗੂ ਪੀ ਲਓ। ਮੈਂ ਗਰੰਟੀ ਨਾਲ, ਦਾਅਵੇ ਨਾਲ ਕਹਿੰਦਾ ਤੁਹਾਨੂੰ ਜ਼ਿੰਦਗੀ 'ਚ ਕਿਸੇ ਤਰ੍ਹਾਂ ਦਾ ਕੋਈ ਰੋਗ ਆ ਹੀ ਨਹੀਂ ਸਕਦਾ। ਖੰਘ, ਜ਼ੁਕਾਮ, ਬੁਖਾਰ, ਛਾਤੀ ਜਾਮ, ਇੱਦਾਂ ਦੇ ਰੋਗ ਤੁਹਾਡੇ ਨੇੜੇ ਵੀ ਨਹੀਂ ਆ ਸਕਦੇ। ਜਿੱਡੀ ਮਰਜ਼ੀ ਕਿਸੇ ਨੂੰ ਐਲਰਜੀ ਹੈ, ਬਿਲਕੁਲ ਇਸ ਕਾੜੇ ਨਾਲ ਖਤਮ ਹੋ ਜਾਂਦੀ ਹੈ। ਜ਼ਿੰਦਗੀ 'ਚ ਕਦੇ ਕੋਈ ਐਲਰਜੀ ਤੁਹਾਡੇ ਨੇੜੇ ਵੀ ਨਹੀਂ ਆ ਸਕਦੀ। ਤੁਹਾਡਾ ਇਮਿਊਨਿਟੀ ਸਿਸਟਮ ਐਡਾ ਵਧੀਆ ਬਣ ਜਾਏਗਾ, ਤੁਹਾਡਾ ਜਿਹੜਾ ਰੋਗਾਂ ਨਾਲ ਲੜਨ ਦੀ ਸ਼ਕਤੀ ਉਹ ਪੂਰੀ ਮਜ਼ਬੂਤ, ਤੁਹਾਡੇ ਸਰੀਰ ਦੇ ਸੈੱਲ ਇੰਨੇ ਪਾਵਰਫੁੱਲ ਹੋ ਜਾਣਗੇ ਵੀ ਕਿਸੇ ਮਰਜ਼ੀ ਰੋਗ ਦੇ ਤੁਹਾਡੇ ਅੰਦਰ ਵਾਇਰਸ ਆਉਂਦੇ ਆ ਉਹ ਖਤਮ ਹੋ ਜਾਂਦੇ ਆ। ਇਸ ਕਾੜੇ ਨੂੰ ਆਪ ਬਣਾ ਕੇ ਘਰ ਵਰਤੋਂ, ਅੱਗੇ ਦੱਸੋ, ਵੀਡੀਓ ਨੂੰ ਅੱਗੇ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਬਾਕੀ ਹਰ ਐਤਵਾਰ ਅਤੇ ਬੁੱਧਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ। ਤੁਸੀਂ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ। ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।